ਲੋ ਜੀ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਖੋਨ ਨਵੇਂ ਵਲੌਗ ਦੇ ਵਿੱਚ ਤੇ ਮੈਂ ਖੜਾ ਸੀਗਾ ਸਕਾਊਟ ਅੱਡੇ ਤੇ ਮੈਂ ਤੁਹਾਨੂੰ ਦਿਖਾਣਾ ਬੁਲਟ ਹੈਗਾਗਾ ਪ੍ਰਭ ਦਾ ਤੇ ਇੱਧਰ ਦੇਖੋ ਤੁਸੀਂ ਕਹਿੰਦੇ ਢੱਲੋਂ ਹੁਣ ਸਾਰੀ ਹੱਲ ਬੜਾਤੀ ਕਹਿੰਦੇ ਦੋ ਦਿਨ ਮੁੰਡਾ ਛੁੱਟੀਆਂ ਕੱਟ ਕੇ ਆਇਆ ਬੈਗ ਚੱਕ ਲਿਆ ਕਿੱਥੋਂ ਆਇਆ ਲੁਧਿਆਣੇ ਲੁਧਿਆਣੇ ਛੁੱਟੀਆਂ ਕੱਟ ਕੇ ਆਇਆ ਲੁਧਿਆਣੇ ਕੇ ਉਦੋਂ ਅੱਗੇ ਅੰਬਰਸਰ ਜਾ ਉਦੋਂ ਬਾਅਦ ਹੁਣ ਹੱਲ ਪੈਣ ਲੱਗਿਆ ਤੇ ਇਹਨੂੰ ਮੈਂ ਚੱਕਣ ਆਇਆ ਸੀਗਾ ਇੱਥੇ ਅੱਡੇ ਤੇ ਬੱਸ ਚੜ ਕੇ ਆਇਆ ਸੀਗਾ ਤੇ ਬਾਕੀ ਚੱਲੀਏ ਪਿੰਡ ਕਰੀਏ ਇਹਦਾ ਕੰਮ ਜਿਹਾ ਬੁਲਟ ਦਾ ਨਹੀਂ ਬਗਾਨਾ ਨਾ ਇਹ ਮਾਰਦਾ ਨਹੀਂ ਪੜਾਕੇ ਨਹੀਂ ਲਾਉਣਾ ਓਏ ਪਲੱਗ ਲਾ ਕੇ ਤਾਂ ਮਾਰਦਾ ਪਰ ਉਕਣ ਨਹੀਂ ਬਣਾਉਣੇ ਹੈਗੇ ਕਾਹਨੂੰ ਆਪਣਾ ਨਹੀਂ ਹੈਗਾ ਤੇ ਚਲੋ ਕਿਹੜਾ ਚੱਲਦੇ ਹਾਂਗੇ ਪਿੰਡ ਆਇਆ ਬੈਠ ਕੇ ਨਾ ਚੱਲੀਏ ਆ ਵੀ ਫੜ ਉੱਥੇ ਜਾ ਕੇ ਵਿਹਾਂਗੇ ਲਓ ਜੀ ਮਿੱਤਰੋ ਇੱਥੋਂ ਤੁਰ ਪਏ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਆਪਣੇ ਦੋਵੇਂ ਮੁੰਡੇ ਮਿਲਣ ਆਏ ਸੀਗੇ ਟਰੈਕਟਰ ਸੀਗਾ ਆਪਣਾ ਮੋਟਰ ਤੇ ਹੈ ਨਾ ਤੇ ਮੋਟਰ ਤੇ ਮੁੰਡੇ ਮਿਲਣ ਆਏ ਸੀਗੇ ਉੱਥੇ ਜਾ ਕੇ ਬਲਾਓ ਬਣਾਉਂਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਅੱਜ ਆਪਾਂ ਫੋਰਡ ਦੇ ਟਾਇਰ ਵੀ ਬਦਲ ਲੈਣੇ ਆ ਫੋਰਡ ਦੇ ਪਾਉਣੇ ਆ ਦੂਜੇ ਜਹਾਜ਼ ਆ ਠੀਕ ਆ ਜੀ ਤੈਨੂੰ ਦਿਖਾਵਾਂਗੇ ਟਾਇਰ ਦੇਖੇ ਨਹੀਂ ਤਾਂ ਇਹਦੇ ਨਾ ਇਹਨੂੰ ਵੀ ਦਿਖਾਵਾਂਗੇ ਟਾਇਰ ਚਲੋ ਕਿਹਨਾਂ ਚੱਲੀਏ ਮਾਰੀਏ ਕਿੱਕ ਲਓ ਜੀ ਆ ਗਏ ਸੀਗੇ ਮੋਟਰ ਤੇ ਬਾਕੀ ਲੈ ਲਿਆ ਸਵਾਦ ਆ ਮਾਗਰ ਰੋਟੀ ਉਹ ਬੱਸ ਬੱਸ ਲਓ ਜੀ ਆ ਕੀ ਕਰਾ ਲਿਆ ਬਈ ਟੀ ਸ਼ਰਟ ਮਗਰੋਂ ਵਧੀਆ ਬਣ ਕੇ ਆ ਗਈ ਸੰਦੌੜ ਤੱਕ ਕੰਮ ਸੀਗਾ ਕੋਈ ਤੇ ਹੁਣ ਆ ਗਿਆ ਸੀਗਾ ਘਰੇ ਦੇਖੋ ਤੁਸੀਂ ਬਾਕੀ ਨੂੰ ਅੰਦਰ ਕਰ ਦਈਏ ਚੋਬਰ ਨੂੰ ਲੈ ਕੇ ਚੱਲੀਏ ਚੋਬਰ ਦਾ ਇੱਕ ਸਟਿੱਕਰ ਰਹਿੰਦਾ ਸੀਗਾ ਉਦੋਂ ਲਵਾਉਣ ਵਾਲੇ ਕੋਹ ਲਵਾ ਲਈਏ ਤੇ ਇੱਕ ਮੂਹਰੇ ਆਪਾਂ ਚੋਬਰ ਦਾ ਫੌਂਟ ਚੇਂਜ ਕਰਨਾ ਹੁਣ ਨਵੇਂ ਫੌਂਟ 'ਚ ਲਿਖਾਂਗੇ ਤੇ ਆਪਾਂ ਜਿਹੜਾ ਇਹਦਾ ਚੋਬਰ ਆ ਉਹ ਨਵੇਂ ਫੌਂਟ 'ਚ ਲਿਖਾਉਣਾ ਗਾ ਆਹ ਵਾਲੇ ਫੌਂਟ 'ਚ ਲਿਖਾਉਣਾ ਆਹ ਫੌਂਟ ਹੀ ਬੜਾ ਸੋਹਣਾ ਲੱਗਦਾ ਹੈ ਨਾ ਤੇ ਆਹ ਬਾਰਕੋਡ ਲਿਖਾ ਦਾਂਗੇ ਤੇ ਆਹ ਜੱਜ ਆਹ ਵਾਲਾ ਸੀਗਾ ਵੈਸੇ ਚੋਬਰ ਲਿਖਿਆ ਆ ਪਰ ਹੁਣ ਚੇਂਜ ਕਰਾਵਾਂਗੇ ਇਹਦੀ ਪਲੇਟ ਬਣਾਉਣੀ ਦਿੱਤੀ ਹੋਈ ਆ ਵੈਸੇ ਪਲੇਟ ਤਾਂ ਆਈ ਜਾਣੀ ਆ ਫਿਰ ਵੀ ਉਹਨਾਂ ਟਾਈਮ ਤੱਕ ਆਪਾਂ ਚੇਂਜ ਕਰਾਂਗੇ ਇਹਨੂੰ ਤੇ ਬਿਲਟ ਡਿਫਰੈਂਟ ਦੀ ਜਗ੍ਹਾ ਤੇ ਆਪਾਂ ਜਿਵੇਂ ਇੱਧਰ ਬਲੈਕ ਲਿਸਟਡ ਲਿਖਾਇਆ ਹੋਇਆ ਇਹ ਲਿਖਾਉਣਾ ਉਧਰਲੇ ਪਾਸੇ ਤੇ ਸੇਮ ਲਿਖਾ ਲਈਏ ਤੇ ਜਾਲੀ ਸਾਫ਼ ਕਰਨ ਵਾਲੀ ਆਪਾਂ ਅੰਦਰ ਹੀ ਦੇਖੋ ਕਿੰਨੀ ਗੰਦੀ ਹੋਈ ਪਈ ਹੈ ਨਾ ਤੇ ਕੋਈ ਨਾ ਇਹਦੇ ਵੀ ਪਾਣੀ ਮਰਾ ਲਿਆਵਾਂਗੇ ਆ ਤਾਂ ਚੋਬਰ ਦਾ ਧੋਤਾ ਗਿਆ ਦੂਜਾ ਤੇ ਹੁਣ ਸਟਿੱਕਰ ਲੱਭਦੇ ਸੀਗੇ ਆਪਾਂ ਚੋਬਰ ਦਾ ਫੌਂਟ ਚੇਂਜ ਕਰਨਾ ਜਿਹੜੇ ਫੌਂਟ 'ਚ ਆਪਾਂ ਹਸਲਰ ਲਿਖਿਆ ਸੀ ਨਾ ਉਹ ਫੌਂਟ 'ਚ ਲਿਖਣਾ ਗਾ ਚੋਬਰ ਦਾ ਫੌਂਟ ਨਵਾਂ ਤੇ ਬਾਕੀ ਦੇਖਦੇ ਆ ਨਾ ਹੋਰ ਕੀ ਕਰਨਾ ਤੇ ਟੇਪ ਕਰਾ ਕੇ ਤੇ ਫਿਰ ਆਪਾਂ ਘਰੇ ਜਾ ਕੇ ਦੇਖਾਂਗੇ ਟਾਇਰ ਟੂਰ ਚੇਂਜ ਕਰਾਂਗੇ ਸ਼ਾਇਦ ਚੌਂਡੀਅਰ ਦੇ ਲਓ ਇਹ ਮਿੱਤਰੋ ਆਹ ਫੌਂਟ ਹੈਗਾ ਸੀ ਸਾਰੀ ਰੈੱਡ ਕਰਕੇ ਦੇਖੀ ਕਿਹੋ ਜਿਹੀ ਲੱਗਦੀ ਆ ਆਪਾਂ ਫੌਂਟ ਥੋੜਾ ਜਿਹਾ ਉਹ ਕਰੇ ਸੀ ਐਂ ਕਹਿਣ ਲੱਗਦੀ ਨਾ ਚੋਬਰ ਹੈ ਕੱਲੀ ਐਚ ਕਰਕੇ ਦੇਖ ਇਹਨਾਂ ਨੂੰ ਵਾਈਟ ਕਰਕੇ ਕੱਲੀ ਐਚ ਰੈੱਡ ਕਰ ਹੁਣ ਕਰਦੇ ਆ ਮਿੱਤਰੋ ਇਹਦਾ ਹੱਲ ਐਂ ਵੀ ਕਹਿਣ ਲੱਗਦੀ ਨਹੀਂ ਯਾਰ ਜੇ ਆਪਾਂ ਐਂ ਕੱਟ ਕੇ ਪੀਸ ਵਿਚਾਲੋਂ ਰੈੱਡ ਵਾਈਟ ਐਂ ਕੁਛ ਕਰਕੇ ਦੇਖੀਏ ਕੁਛ ਅਲੱਗ ਜਿਹਾ ਕਰਕੇ ਦੇਖੀ ਹੈ ਆ ਵੀ ਠੀਕ ਲੱਗਦਾ ਕਿੰਨਾ ਆ ਵੀ ਠੀਕ ਲੱਗਦਾ ਪਰ ਇਹਦੇ ਨਾਲ ਉਹ ਵੱਧ ਜੀ ਕਿਹੜਾ ਪੱਲਾ ਉੱਪਰ ਵਿਚਲਾ ਹਾਂ ਹਾਂ ਵਿਚਲਾ ਰੈੱਡ ਦੇਖ ਲਓ ਬਾਈ ਯਾਰ ਰੈੱਡ ਕਿਹੜਾ ਕਰਨਾ ਹੁਣ ਆਹੀ ਠੀਕ ਹੈ ਬਾਈ ਫਿੱਟ ਹੈ ਸੈਟ ਆ ਉਸ ਆਲੇ ਦਾਲੇ ਹੋਰ ਤਾਂ ਨਹੀਂ ਲਾਉਣਾ ਅੱਗੇ ਜਿਵੇਂ ਬਾਰਕੋਡ ਲਾਇਆ ਸੀ ਜਾਂ ਕੁਛ ਹੋਰ ਚੱਕ ਕੇ ਦੇਖ ਲਾ ਤੀਰ ਲਾਉਣੇ ਉਹ ਵਧੀਆ ਲੱਗਣੇ ਤੀਰ ਵਾਲੇ ਕੋ ਤੀਰ ਤੀਰ ਓਕੇ ਫਿੱਟ ਚਲ ਦੇਖਦੇ ਹਾਂ ਬਾਕੀ ਲਾ ਕੇ ਫਿਰ ਹੈਸ਼ਟੈਗ ਲਾ ਦਿੰਨੇ ਆ ਕਿ ਪਹਿਲਾਂ ਬਾਹਰ ਨਹੀਂ ਹੈਸ਼ਟੈਗ ਨਹੀਂ ਲਾਉਣਾ ਹੈਗਾ ਐਂ ਵਧੀਆ ਲੱਗਦਾ ਨਹੀਂ ਮਾੜੇ ਜਿਹੇ ਵਿੱਚ ਐਡ ਕਰਦੇ ਕੁਛ ਨਹੀਂ ਆ ਠੀਕ ਹੈ ਤਾਂ ਸਿੰਪਲ ਲਓ ਜੀ ਉਹ ਲੈ ਕੇ ਆਉਂਦਾ ਟਰੈਕਟਰ ਉਰੇ ਲਾਉਣੇ ਆ ਇੱਥੇ ਲਾ ਕੇ ਫਿਰ ਕਿਰਾਂ ਮਤਲਬ ਕਰਦੇ ਹਾਂ ਟੇਪ ਮੋੜ ਲਿਆ ਚੋਪਰ ਨੇ ਬੋਰਡ ਚੱਕਤਾ ਸੀ ਉਹਨਾਂ ਦਾ ਪਰ ਬਚ ਗਿਆ ਲਿਆ ਲਿਆ ਹੁਣ ਉੱਧਰੋਂ ਮੋੜਨ ਲੱਗ ਗਿਆ ਇਹਦਾ ਕੋਈ ਖਾਦਾ ਗੁੱਦਾ ਹੋਇਆਗਾ ਇੱਥੇ ਲਾਉਣਾ ਸੀਗਾ ਐਨੂੰ ਮੋੜ ਕੇ ਕਹਿੰਦਾ ਐਨੂੰ ਨਹੀਂ ਸਹੀ ਹੈਗਾ ਹੁਣ ਐਨੂੰ ਮੋੜ ਕੇ ਲਿਆਊਗਾ ਉਹ ਰੇੜੀ ਨਾ ਚੱਕ ਲਈ ਉਹਨਾਂ ਦੀ ਬਚ ਗਈ ਇੱਥੇ ਲਾ ਦੇ ਇੱਥੇ ਭਾਈ ਨੇ ਮੋਟਰਸਾਈਕਲ ਖੜਾ ਲਿਆ ਗਾਰਾ 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 ਲਓ ਜੀ ਮਿੱਤਰੋ ਤੇ ਚੋਬਰ ਲਾਉਣ ਲੱਗ ਗਏ ਤੇ ਆਪਾਂ ਚੋਬਰ ਨਵਾਂ ਲਾਵਾਂਗੇ ਹੁਣ ਮਤਲਬ ਸਟਿੱਕਰ ਤੇ ਇੱਧਰ ਬਲੈਕ ਲਿਸਟਡ ਲੱਗਿਆ ਹੋਇਆ ਉੱਧਰ ਸੇਮ ਲਾਉਣਾਗਾ ਸਾਈਜ਼ ਬਾਰਕੋਡ ਲੱਗੇ ਰਹਿਣ ਦੀ ਪਹਿਲਾਂ ਲੱਗੇ ਰਹਿਣ ਦੇ ਨਹੀਂ ਪਤਾ ਲੱਗਿਆ ਬਾਅਦ ਚ ਲਾ ਦਾਂਗੇ ਲਓ ਜੀ ਅਸੀਂ ਚੋਬਰ ਲਾਉਣ ਲੱਗੇ ਸੀਗੇ ਤੇ ਬਾਕੀ ਥੱਲੇ ਟੇਪ ਖਰਾਬ ਹੋ ਗਈ ਸਾਤੋਂ ਤੇ ਮਤਲਬ ਪੱਟਣ ਲੱਗੇ ਓਏ ਰੁਕ ਜਾ ਨਾਲ ਲੈ ਕੇ ਜਾ ਨਾਲ ਨਹੀਂ ਆਉਂਦੀ ਚੱਕ ਸਾਰੀ ਆਊਗੀ ਪੱਟਦੇ ਹੁਣ ਆਊਗੀ ਨਾਲ ਥੱਲੇ ਪਹਿਲਾਂ ਦੇਖ ਲਓ ਤੁਸੀਂ ਖਰਾਬ ਹੋਇਆ ਹੋਇਆ ਹੁਣ ਇਹ ਤੇ ਲਾਵਾਂਗੇ ਦੁਬਾਰੇ ਟੇਪ ਮੇਰੇ ਵੀ ਮੈਟ ਬਲੈਕ ਤੇ ਬੰਪਰ ਜਮਾਂ ਸਾਫ਼ ਕਰਤਾ ਸੀ ਤੇ ਆਹ ਮਾੜਾ ਮੋਟਾ ਰੰਗ ਲਿਆ ਹੋਇਆ ਦੇਖੋ ਤੁਸੀਂ ਇੱਥੇ ਰਿੰਗ ਮਾਰ ਮਾਰਤਾ ਇੱਧਰ ਤੇ ਟੇਪ ਹੋ ਜੂਗੀ ਮੂਹਰੇ ਮੈਟ ਬਲੈਕ ਸਾਈਡ ਤੇ ਆਪਾਂ ਪੇਂਟ ਹੀ ਮਾਰ ਦਿੰਦੇ ਹਾਂ ਉਧਰਲੇ ਪਾਸੇ ਵੀ ਸਾਫ਼ ਕਰਕੇ ਨਾ ਇੱਧਰਲਾ ਵੀ ਲਾਹ ਦਿੰਦੇ ਹਾਂ ਬਲੈਕ ਲਿਸਟਡ ਸਾਫ਼ ਰੱਖਾਂਗੇ ਸਾਫ਼ ਵਧੀਆ ਲੱਗਦਾ ਪੈਟਰੋਲ ਲਿਆ ਯਾਰ ਉਹ ਚੱਕੀ ਹੋ ਲੀਰ ਲੀਰ ਲਓ ਜੀ
अग सेकन लग्या क्या रंग कर दुनिया दे ते बाकी आ देखो तुसी मैट ब्लैक करता नवा आपा ते साइडा ते मेरी बिरे गल पर साइडा ते आपा कोई स्टिकर नहीं लाउणा इतकी सिंपल रखांगे इथे आपा स्प्रे मार देने आ भाई स्प्रे लेई चक यार ते लो कने हुण मुंडा स्प्रे मारन लग्या होया इधर एक टेप करन लग्या होया ते आ स्प्रे सारी मारनी आ माय सेल्फ मौत हैं माय सेल्फ मौत मौत हां मौत आर्ट्स लो जी स्प्रे सारी करन लग्या हुण एंड चंप लो जी कने पुठे काम हो रहे ने पुठे काम ले जा ऊपर लो जी देखो बापू देखदा ओ बापू देख ले चेक करो तुसी क्या बात है दूजा हाथे तू भी कैंटा ते रंग रुंग मारता जी इहनू आ ना इहदे उत्ते पहला भी असी कई बार रंग मारियागा पर ओ गल नहीं बणदी इह स्प्रे नाल हुण इहनू आपां पेंट करावांगे 2K कल नू खुला के इहनू हैना ते अपने पिंडी मिस्त्री हैगा उहनू 2K पिंड लिया दांगे टूके पेंट करांगे इत्ते सारा ला के तुरों प्राइमर रख लेंगे सारा ला के दोबारे पेंट करांगे ते ओके रिपोर्ट करके पूरी पटीन पटून भर के फिर करांगे रंग देखो जी कितना घंटा लगदा हुण बंपर टेप करके मूहरों करा लगदा ना ते बाकी देख सकदे हो तुसीं है ना ते बाकी इत्थे चोबर अज नहीं लिखांदे हैगे आपां नेरा हो गया कल नूं करा लांगे आके ते हुण आपां घर नूं चलदे आं घर नूं जाके फोर्ट वाला कम करदे आं जिहड़े फोर्ट दा कम करवाउणा आपां ते चलो घरे जाके ओह दिखाउणे आं हुण तुहानूं लो जी मित्रों ते टेप वाला कम चल रिहा गया देख लो तुसीं स्टिकरिंग दा ਅਤੇ ਚੈੱਕ ਕਰ ਸਕਦੇ ਹਾਂ ਆਪਣਾ ਚੋਬਰ ਦਾ ਸਟਿਕਰ ਨਿਕਲਿਆ ਦੇਖੋ ਹੁਣ ਇਹਦੇ ਵਿੱਚੋਂ ਆਪਾਂ ਚੱਕਾਂਗੇ ਹੌਲੀ ਹੌਲੀ ਲੱਕ 'ਚ ਨਵਾਂ ਦੀਪ ਆਰਟਸ ਆਏਗਾ ਮੌਤ ਇਹਦਾ ਦੂਜਾ ਨੂੰ ਮੌਤ ਇਹ ਕਹਿੰਦਾ ਆਪਦੀ ਦੁਕਾਨ ਕਰ ਲੈਣੀ ਹੁਣ ਮੈਂ सारी नवा करता काम जा ला दो चोबर कहते नवा अजे सी थानू आउट लगती क्योंकि रेड आला पार्ट निकलना है ना क्यों भी मित्रों उच्चा करना ही थोड़ा जा की करता कच्चा जे थोड़ा विचाले जे कर चक उच्चा कर उच्चा ब्रो दोबारे ला उच्चा थोड़ा जा होर ले होर ले जा होर ले जान दे ए बल्ले लग गया ला दे हाँ हाँ जमा सेंटर च टोके जमा यार कर दे कर दे नहीं उ लगता तेन सी बड़ी आ टेढ़ा करता हूँ टेढ़ा हो गया पहला जमा सही सी हूँ आर थले कर थले कर टेढ़ा करता आर नीवी कर बड़ा उच्चा करता था चक सारी हूँ हुई बिंगा जहा करता सही नहीं लग्या यार लो जी मित्रों हूँ आप जो अपना रह गया चोबर की रेड लड़ी सी आप एक अखर जहा अखर नहीं है सी का की लो जी ट्रैक्टर घरे लिया के खड़ा था मेरे पीरियो गेट ला दिए इधर खड़ा फोड़ दोनों अंदर कर दिए है ना हूँ तो पहला बंद करिए गेट लो जी मित्रों तुसी कमेंट करके दस्सो चोबर किवें लादा लिखा आया नवे फाउंड दे विच ते टायर इहदे कलू आपां मॉइस्चर चाड़ देने आ टायर आपां फोड़ दे पाके दिखांगे किवें दे लादे आ अगले व्लॉग दे विच कलू हुण आपां टायर चेंज करने आ ठीक है जी ते टायर चेंज कर देने आ ते फिर कलू आपां शायद इहदा सलांसर दा काम भी शुरू कर लीए है ना ते बाकी हुण मिलदा तुहानू कलू आपां ते अज दे दिन विच इन्ना की रखदे आ बाकी कलू दिखावांगे ठीक है जी ओके मिलदे आ कलू देखो की करिया दा मुंडा ओ तेरा डैडी व्लॉग देखदा गा रील बना मोटरसाइकिल लाता है क्या मोटरसाइकिल रील बनानी है इतों व्यू लेना पूरा घेंट चिप ऐदा बड़े घंट व्यू आ
ਲਓ ਜੀ ਹੁਣ ਹੋ ਗਏ ਸੀਗੇ ਫ੍ਰੀ ਤੇ ਹੁਣ ਆਪਾਂ ਫੋਰ ਦੇ ਟਾਇਰ ਖੋਲਦੇ ਹਾਂ ਤੇ ਆਹ ਆਪਣੇ ਜਿਹੜੇ ਜਹਾਜ਼ੀ ਟਾਇਰ ਆ ਆਪਾਂ ਇਹਦੇ 'ਚ ਪਾਉਂਦੇ ਹਾਂ ਅਤੇ ਇਹਦੇ ਖੋਲਦੇ ਹਾਂਗੇ ਟਾਇਰ ਆਪਾਂ ਮੌਸਟਰ ਜਿਹਦੇ ਪਹਿਲਾਂ ਉਹਦੇ ਪਾਏ ਚੋਪਰ ਦੇ ਚੋਪਰ ਦੀ ਪਾਵਾਂਗੇ ਅਤੇ ਇਹਦੇ ਆਪਾਂ ਤੁਸੀਂ ਕਹਿੰਦੇ ਸੀ ਵੀ ਫੋਰ ਦੇ ਵੀ ਪਾ ਕੇ ਦੇਖੋ ਤਾਂ ਆਪਾਂ ਫੋਰ ਦੇ ਅੱਜ ਕੱਸ ਕੇ ਦੇਖਦੇ ਹਾਂਗੇ ਅਤੇ ਚਲੋ ਕਿਹਾ ਚੱਲਦੇ ਹਾਂ ਅਤੇ ਜੈੱਕ ਚੱਕ ਕੇ ਲਿਆਉਂਦੇ ਹਾਂ ਫਿਰ ਕਰਦੇ ਹਾਂ ਇਹਦੇ ਫਿਰ ਅਤੇ ਆਹ ਮੁੰਡੇ ਸਾਰੇ ਮਿਲਣ ਆਏ ਹੈਗੇ ਕਿਹੜੇ ਪਿੰਡ ਤੋਂ ਵੀਰੇ ਤੁਸੀਂ ਸਾਰੇ ਠੀਕ ਆ ਅੱਜ ਦੇਖ ਸਕਦੇ ਹਾਂ ਬਾਈ ਕਹਿੰਦੇ ਸੀ ਬਲੋਗ ਚੰਗਾ ਆਹ ਮੁੰਡਾ ਰਹਿ ਗਿਆ ਇੱਕ ਅਤੇ ਬਾਈ ਸਾਰੇ ਆਏ ਹੈਗੇ ਮਿਲਣ ਅਤੇ ਆਹ ਤਾਂ ਮੇਰੇ ਸਕੂਲ ਦਾ ਹੀ ਹੈਗਾ ਕੀ ਹੁੰਦਾ ਹੈਗਾ ਕੈਮਰਾ ਖੋਲਿਆ ਨੀ ਬਸ ਤਮਾਸ਼ਾ ਸ਼ੁਰੂ ਹੈ ਨਾ ਤੇ ਬਾਕੀ ਚਲੋ ਫਿਰ ਕਿਹੜਾ ਮੈਂ ਜੱਕ ਲਿਆ ਵਾ ਚੱਲ ਲੈ ਕੇ ਚਲੀ ਕੀ ਹੋ ਗਿਆ ਬਾਈ ਹੁਣ ਤੱਕ ਆ ਰਹੇ ਹੋ ਪਤਾ ਕੀ ਹੈਗਾ ਅਸੀਂ ਛੱਡਣ ਜਾ ਰਹੇ ਸੀ ਢਿੱਲੋਂ ਨੂੰ ਹਾਂ ਜੀ ਹੁਣ ਢਿੱਲੋਂ ਦਾ ਆੜੀ ਯਾਨੀ ਕਿ ਤੂੰ ਮੀਨਸ ਹਾਂ ਹੁਣ ਤੂੰ ਛੱਡਣ ਜਾ ਰਿਹਾ ਸਾਨੂੰ ਹੁਣ ਮੈਂ ਜਾਣੀ ਤੁਹਾਨੂੰ ਦੋਨਾਂ ਨੂੰ ਪੈਂਟ ਛੱਡਣਾ ਫਿਰ ਮੈਂ ਢਿੱਲੋਂ ਲੈ ਕੇ ਜਾਊਂਗਾ ਘਰੇ ਪਤਾ ਕੀ ਗੱਲ ਹੋ ਗਈ ਸਾਡੇ ਸਕੂਟਰ ਤੇ ਤੇਲ ਮੁੱਕ ਗਿਆ ਮੈਂ ਤੇਲ ਲੈ ਕੇ ਆਇਆ ਦੇਖੋ ਕਿੰਨਾ ਸਾਰਾ ਤੇਲ ਲੈ ਕੇ ਆਇਆ ਸਾਰਾ ਲੈ ਕੋਣ ਲੈ ਕੇ ਆਇਆ ਲਵੀ ਲੈ ਆਂਦੇ ਤੇਲ ਵੀ ਦੇਖੋ ਕਿੰਨਾ ਲੈ ਕੇ ਆਇਆ ਤੇ ਬਾਕੀ ਮਿੱਤਰੋ ਹਨਾ ਢਿੱਲੋਂ ਮੈਨੂੰ ਕਹਿੰਦਾ 200 ਦਾ ਤੇਲ ਪਾਇਆ ਹੋਇਆਗਾ ਇਹ ਪਤਾ ਨਹੀਂ ਕਿਵੇਂ ਖਾ ਗਿਆ ਇੰਨਾ ਤੇਲ चलो हुण फिर अज दा दिन पूरी खत्म करते हैं मतलब भी हजे अगे व्लॉग हैगा ना बंद ना कर दियो ते चलो अगे देखते हैं लो भी हुण चले सीगे तेल पवाउण व्लॉग बनाया ते बनाया नी तुरदे ने बनाया चलो पाता है क्लिप आपां चलो मित्रो ते आया तेरा तेल पा के लईए जमा खा लिया टैंकी थोड़ा तेल पा ली ए रा के टायर खोलने चाड़िए ये वाले टायर आप चलो लो जी मित्रों से तेल पाने आ गए थे हमेशा मांगू पैप वाला जगाड़ आ देखो ये बाकी तेल पाने तेल आप पाना 2000 का क्योंकि बहुत है ना इन्ना की करना पा के इन्ना टैंकी थोड़ी फुल करावे तो बाकी तेल च जमा ही नहीं है सीगा। हैं अच्छा का क्यों कंबदा कहते मोटर है जी ये अंदर वह प्रैशर बनो मतलब वह कंबदी आ कंबन करके हलदा तो बाकी लुक चैक कर लो लास्ट टाइम क्योंकि आ टायर तो हुण आपां खोल देने ये तो हुण ये पैणगे फोड़ दे ये आपां दुबारे मॉन्स्टर ही पावांगे किवें लगदा प्रधान आ टायर वधिया ने वधिया लगदे आ ਉਹ ਤਾਂ ਪਹਿਲਾਂ ਮਿਲਾ ਤਾਂ ਮੌਸਟਰ 'ਚ ਹੀ ਦੇਖਿਆ ਨਾ ਇਹ ਹਾਂ ਦੂਜੇ ਸੀਗੇ ਹੁਣ ਚੇਂਜ ਕਰਤੇ ਤਿੰਨ ਟਾਇਰਾਂ ਤੇ ਜਾਉਂਦੀ ਉੱਤੇ ਗੇੜੇ ਦੇ ਕੇ ਆਉਂਦੇ ਆ ਬਸ ਕਰ ਹਾਂ ਤਿੰਨ ਟਾਇਰਾਂ ਤੇ ਲੈ ਕੇ ਜਾਵਾਂਗੇ ਉਧਰ ਗੁੜਕਾ ਲਾ ਪਾਵਾਂ ਗੁੜਕਾ ਲਾ ਕੇ ਗਾਈ ਤੁਹਾਨੂੰ ਜਿਵੇਂ ਪਤਾ ਹੀ ਆ ਨਾ ਤਿੰਨ ਟਾਇਰਾਂ ਤੇ ਆਪਾਂ ਚਲਾ ਸਕਦੇ ਹੁੰਦੇ ਆ ਤਿੰਨ ਟਾਇਰਾਂ ਤੇ ਲੈ ਕੇ ਜਾਵਾਂਗੇ ਗੁੜਕਾ ਤੇਰਾ ਬਹੁਤ ਮਜ਼ਬੂਤ ਲੱਗਿਆ ਹੋਇਆ ਹਿੱਲੀ ਜਾਂਦਾ ट्रैक्टर का चकना जो नुकसान लाइट में कर ली ट्रैक्टर ठीक है गुटका लाता उधरले पासे दिखाया थोड़ी टेस्ट करके देखी थोड़ी लो मित्रों देख लो असी जैक खोलता गुटका लाता बाकी हम तीन टायर चला के देखते हैं चलिए ढिलो देखी जाऊगा जो स्टार्ट हो गया फिर चला गए नहीं जाते देखते हम तो स्टार्ट जानी हजू मैं कहता जद देखते हैं हो ही ना गुटका ही ना निकल जाए ओ हो ढिलों बेजती हो नहीं गा चल चक छो दूजे लोट तेरे हथा नाल नहीं होना लै छो खोलो दूजे लोट स्टार्ट करिए जमें कर देंगे आन दे जी मैनू लगे ही सीगा भी गुड़का कामयाब होगा क्योंकि आप फोड़ दे अगे मतलब एक बार अपना स्पैंडल टुट गया सीगा तो असं तीन तीन टायर से उन्होंने फोड़ लैके आए थे तो मैं वो तकनीक अपनाई है तो वो करके हूँ मैं तीन टायर से लैके जा रहा
ਸਿਰਾ ਓਏ ਇਹਦਾ ਕਾਣਾ ਜਿਹਾ ਲੱਗੀ ਜਾਂਦਾ ਲਓ ਜੀ ਫਿਲਹਾਲ ਤਾਂ ਚੋਪਰ ਤਿੰਨ ਟਾਇਰਾਂ ਦੀ ਖੜਾ ਕੇ ਰੱਖਿਆ ਹੋਇਆ ਹੈਗਾ ਤੇ ਇਹਨੂੰ ਹੁਣ ਕਰਦੇ ਹਾਂ ਕਿ ਪਹਿਲਾਂ ਉਹਦੇ ਤੋਂ ਜੈਕ ਲਾ ਕੇ ਦੋਨੇ ਟਾਇਰ ਖੋਲ ਲਈਏ ਫਿਰ ਇਹਨੂੰ ਆਪਾਂ ਇੱਦਾਂ ਹੀ ਖੜਾ ਲਾਂਗੇ ਫਿਰ ਉਹਦੇ ਟਾਇਰ ਕੱਸ ਕੇ ਹਨਾ ਆਪਾਂ ਫਿਰ ਇਹਦੇ ਆਪਦੇ ਟਾਇਰ ਪਾਵਾਂਗੇ ਠੀਕ ਆ लो जी बहुत ही मेहनत फोड़ दे आप टायर तो पाता एक वो तो खोल के तो बेचारा तीन टायर की खड़ा गा देखी स्लिप कर गया ना ना आही पासा पऊगा बस आदा करके पा ला थोड़ा जहा दूर करके पा ना ए बड़ा जोर ना पा बस बस ली जमी कढ़ दोगे जलूस पैप का मैं दूजा लिया इतों लोहे का चक लेंगे आप पैप ओ यार वो दूजे पासे नट बैल्ट करया होया आ पैजू देखी नाले मजबूत आ पैप आ पैप पाके देखी पैजू देख पूरा मजबूत पैप है लै प्रधान ये ला देख ये पगू जोर पूरा है ना तो लो भी एक टायर पाता सीगा तो जैक खोलन लग्या सीगा मैं तो बाकी हमने तो मोस्ट टायर को पिया गा ये आपने तो जे ये मोटरसाइकिल पाया हो एक मिनट और जे टायर मोटरसाइकिल पाया हो चाचा है जट च गाड़ी होंगी पा दे तू तो यार पा देंगे टायर बोल पा देंगे कि जगाड़ लावेगा फिर हब पानी पू ठीक है तो बई एक ने तैयार तो किया होगा पर इन्ने चौड़े टायर नहीं किया जिन्ना मोस्ट टायर है तो बाकी ये टायर कसद पहला नट जट टट हो जाए तो ब मैं जिक ला ला लो मित्रों अद्ध च कम जित लिया आप एक मोस्ट टायर कसता तो ये खोलना रह गया एक आगा मोस्ट टायर तो वो हम आप जहाजी टायर खोल के पा दीए तो फिर फोड़ते गेड़ा कट के आवेंगे हम दिखावे भी फोड़ कि लाता तो किमें मुड़ता की हिसाब का वा चलो ये नट खोल लीए तो सब तो ना राड लगभग तो टुट ही गई खत्म ही आ कम यहाँ कहानी देखो टुट गई राड ये माड़ी जी नाल लगी हुई है जी होर घुमा दिए जी बेड़ा बहना था चलो इन सैट करा के लिया ढिलों चल के माड़ा जा लो मित्रो ये तो मोन्सटर टायर कसते हो नहीं होना स्टार्ट मैंने पता यार ये कम करवा पे तो मोन्सटर कसते दुबारे तो देखो तुम किमें लुक आँदी है पूरी घेंट लुक जैक खो आए ढिलों थले जैक खिला दे माड़ा जा मैं जैक तो मैं टायर कसते है ना मतलब भी नाल मुंडिया भी ला लिया मेहनत बहुत ला दी यार तो हम आ टायर कसना गा ये बस ये उ खड़ा गा माड़े नाल ही ये जिक लिया के ला के इनू चक के इधरों टायर कस दी ये तो फिर थानू दिखाने इनू चला चलू के फिर दिखावे भी किमें लुक आँदी है लो जी यदा थानू आप टायर अगले ब्लॉग के कस के दिखावे तो मिलते थोड़ा अगले ब्लॉग के ओके बाय चाहे तो ब्लॉग उरी तक ही रखते हैं उम्मीद है थोड़ा ब्लॉग वधिया लग्या होगा तो बाकी जान लगे चैनल कर दो सबसक्राइब वीडियो कर दो लाइक तो है ना इदा ही सपोर्ट करते रहो तो थोड़ा अगले ब्लॉग के लुक दिखावे फोड़ की किमें दी तो किन्ना कुछ हो गया ठीक है जी ओके बाय।